ਸਸਿਕਲ ਜੀ ਸਾਰਿਆਂ ਨੂੰ ਮੈਂ ਹਾਂ ਸਿਮਰਨ ਜੋਤ ਸਿੰਘ ਅ ਬੜੀ ਅਹਿਮ ਗੱਲ ਹੈ ਇਹ ਮੇਰੀ ਸੋਸਾਇਟੀ ਹੈ ਜੀ ਫਲੈਟਸ ਨੇ ਜਿੱਥੇ ਅਸੀਂ ਰਹਿੰਦੇ ਆ ਖਤਰੋਕੇ ਖਿਡਾਰੀ ਟੀਵੀ ਤੇ ਇੱਕ ਸੀਰੀਅਲ ਆਉਂਦਾ ਹੈ ਉਹਦੇ ਚ ਚਾਰ ਪੰਜ ਅੱਠ ਸੈਲੀਬ੍ਰਿਟੀ ਹੁੰਦੇ ਆ ਮੈਡੀਕਲ ਟੀਮਾਂ ਨਾਲ ਹੁੰਦੀਆਂ ਸੇਫਟੀ ਦੇ ਬਹੁਤ ਸਾਰੇ ਉਹਨਾਂ ਕੋਲੇ ਚੀਜ਼ਾਂ ਹੁੰਦੀਆਂ ਉਹ ਸ਼ੂਟ ਕਰਦੇ ਆ ਸਾਨੂੰ ਦਿਖਾਉਂਦੇ ਆ ਬੜਾ ਸਾਨੂੰ ਲੱਗਦਾ ਹੈ ਤੇ ਉਹਨਾਂ ਨੂੰ ਅਸੀਂ ਬਹੁਤ ਵਾਹ ਵਾਹ ਦਿੰਨੇ ਆ ਆ ਲੋਕ ਅਸਲੀ ਖਤਰੋ ਦੇ ਖਿਲਾੜੀ ਹੈ ਜੀ ਆ ਦੇਖੋ ਇਹ ਗਰੀਬ ਤਬਕਾ ਜਿਹੜਾ ਮਹਿਜ਼ ਇਹਦੀ 5-600 ਰੁਪਏ ਹ ਦਿਹਾੜੀ ਹੋਣੀ ਹੈ ਇਸ ਬੰਦੇ ਦੀ ਔਰ ਇਹ ਬਹੁਤ ਉੱਚੀ ਇਮਾਰਤ ਹੈ ਸਾਡੀ ਇਹ ਸਵੇਰ ਤੋਂ ਲੱਗਿਆ ਜੀ ਉੱਤੋਂ ਉਹ ਬਾਡੀ ਦੇ ਨਾਲ ਤੁਸੀਂ ਦੇਖੋ ਤਾਰ ਬੰਨੀ ਹੋਈ ਹੈ ਸਵੇਰ ਤੋਂ ਲੱਗਿਆ ਪੇਂਟ ਦਾ ਕੰਮ ਚੱਲ ਰਿਹਾ ਤੇ ਥੱਲੇ ਤੱਕ ਦੇਖੋ ਤੁਸੀਂ ਇਹ ਮੈਂ ਨਿਗਾਹ ਮਾਰਾ ਕੇ ਹੁਣ ਤੁਹਾਨੂੰ ਦਿਖਾਉਣਾ ਥੱਲੇ ਦੇਖੋ ਇਹ ਉਹ ਬਾਟਮ ਤੱਕ ਆ ਥੱਲੇ ਪੂਲ ਹੈ ਸਵਿਮਿੰਗ ਪੂਲ ਹੈ ਔਰ ਆ ਸਾਹਮਣੇ ਬੰਦਾ ਜਿਹੜਾ ਕੋਈ ਇਹਦੇ ਸਿਰਫ ਇਹ ਲਮਕਿਆ ਹੋਇਆ ਜੀ ਇਹਦੇ ਤੇ ਤੇ ਪੇਂਟ ਕਰ ਰਿਹਾ ਕੋਈ ਇਹਦੀ ਕੋਈ ਬੈਲਟ ਨਹੀਂ ਲੱਗੀ ਕੋਈ ਕੁਝ ਨਹੀਂ ਖੁਦਾ ਨਾ ਖਾਸਤਾ ਰੱਬ ਨਾ ਕਰੇ ਕੋਈ ਹਾਦਸਾ ਵਾਪਰ ਜੇ ਸਿਰਫ 5-600 ਰੁਪਏ ਆਪਣੇ ਪਰਿਵਾਰ ਦਾ ਰੋਟੀ ਵਾਸਤੇ ਆਪਣਾ ਢਿੱਡ ਪਾਲਣ ਵਾਸਤੇ ਬੰਦਾ ਤੁਸੀਂ ਦੇਖੋ ਵੀ ਇੰਨੀ ਮਿਹਨਤ ਕਰ ਰਿਹਾ ਹੈ ਵੈਸੇ ਪ੍ਰਵਾਸੀ ਹੈ ਇਹ ਜਾਂ ਬਿਹਾਰ ਜਾਂ ਯੂਪੀ ਦਾ ਹੋਣਾ ਪੰਜਾਬ ਦਾ ਤਾਂ ਹੈ ਨਹੀਂ ਇਹ ਮੁੰਡਾ ਪਰ ਫਿਰ ਵੀ ਇਹਨਾਂ ਨੂੰ ਦਿਲੋਂ ਸਲਾਮ ਸਲੂਟ ਹੈ ਇਹ ਉਹ ਲੋਕ ਨੇ ਜਿਹੜੇ ਸਾਡੀ ਜਿਹਨੂੰ ਕਹ ਦਿੰਦੇ ਨੇ ਕਿ ਸਾਡੀ ਇਕਨੋਮੀ ਤੇ ਵੱਡੀਆਂ-ਵੱਡੀਆਂ ਗੱਲਾਂ ਜੀ ਡੀ ਪੀ ਤੇ ਡਾਲਰ ਦਾ ਰੇਟ ਤੇ ਫਲਾਨਾ ਤੁਸੀਂ ਦੇਖੋ ਇਹ ਉਹ ਲੋਕ ਨੇ ਜਿਹੜੇ ਸਾਡਾ ਮੁਲਕ ਚਲਾਉਂਦੇ ਆ ਇਹ ਲੋਕ ਆ ਜਿੰਨਾ ਬਿਨਾ ਸਾਡਾ ਸਰਦਾ ਨਹੀਂ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਅਸਲੀ ਸਲਾਮ ਹੈ ਇਹ ਉਹ ਲੋਕ ਨੇ ਜੋ ਆਪਦੇ ਬੱਚਿਆਂ ਦਾ ਢਿੱਡ ਪਾਲਣ ਵਾਸਤੇ ਢਿੱਡ ਭਰਨ ਵਾਸਤੇ ਆਪ ਦੀ ਜ਼ਿੰਦਗੀ ਦਾਤੇ ਰੋਜ਼ ਲਾਉਂਦੇ ਰੋਜ਼ ਹੀ ਕਿਉਂਕਿ ਜੇ ਇਹ ਕੰਮ ਕਰਦਾ ਹੈ ਰੋਜ਼ ਹੀ ਕਰਦਾ ਹੋਣਾ ਅਜੇ ਤਾਂ ਸਾਰਾ ਹੋਰ ਸਾਡੀ ਸੋਸਾਇਟੀ ਦਾ ਵੀ ਮੰਨ ਲਓ ਕੰਮ ਹੋਣਾ ਤੇ ਇਹ ਉਹ ਲੋਕ ਨੇ ਇਹਨਾਂ ਲੋਕਾਂ ਦੀ ਬਾਹ ਫੜਨ ਦੀ ਲੋੜ ਹੁੰਦੀ ਹੈ ਬਹੁਤ ਐਨਜੀਓ ਐਨਜੀਓ ਕਈ ਕੁਝ ਚੱਲੀ ਜਾਂਦਾ ਹੈ ਕਈ ਡਰਾਮੇ ਚੱਲਦੇ ਆ ਪਰ ਅੱਛਾ ਇਹ ਉਹ ਵੀ ਲੋਕ ਨੇ ਕਿਰਤੀ ਲੋਕ ਨੇ ਮੰਗ ਕੇ ਵੀ ਨਹੀਂ ਖਾਂਦੇ ਬਹੁਤ ਸਾਰੇ ਲੋਕ ਮੰਗਣ ਵਾਲੇ ਇਹ ਮੰਗ ਕੇ ਖਾਣ ਵਾਲੇ ਲੋਕ ਨਹੀਂਗੇ ਕੰਮ ਕਰਕੇ ਖਾਣ ਵਾਲੇ ਲੋਕ ਨੇ ਜਿੱਥੇ ਪੰਜਾਬ ਦੇ ਕਿਸਾਨ ਨੂੰ ਜ਼ਿੰਮੇਦਾਰ ਨੂੰ ਸਲੂਟ ਹੈ ਜਿੱਥੇ ਮਜ਼ਦੂਰ ਨੂੰ ਸਲੂਟ ਹੈ ਉੱਥੇ ਇਹ ਉਹ ਲੋਕ ਨੇ ਚਾਹੇ ਬਾਹਰੋਂ ਆਏ ਨੇ ਪ੍ਰਵਾਸੀ ਨੇ ਸਾਡੇ ਵੀ ਮੁੰਡੇ ਬਾਹਰ ਜਾ ਕੇ ਬਹੁਤ ਮਿਹਨਤਾਂ ਕਰਦੇ ਆ ਬਹੁਤ ਇਹੋ ਜਿਹੇ ਰਿਸਕ ਵਾਲੇ ਕੰਮ ਪੰਜਾਬ ਦੇ ਮੁੰਡੇ ਮੈਂ ਇੱਕ ਇਟਲੀ ਦੀ ਵੀਡੀਓ ਦੇਖੀ ਸੀ ਤਾਰਾਂ ਤੇ ਖੰਭਿਆਂ ਦੇ ਉੱਤੇ ਚੜਿਆ ਬੈਠਾ ਸੀ ਮੁੰਡਾ ਜਿਵੇਂ ਇਸੇ ਤਰ੍ਹਾਂ ਕੋਈ ਰਿਪੇਅਰ ਕਰ ਰਿਹਾ ਸੀ ਚੀਜ਼ ਸੋ ਅੱਜ ਸਵੇਰੇ ਪਲਾਈਨ ਦੀ ਪ੍ਰਵਾਸ ਦੀ ਇੱਕ ਵੀਡੀਓ ਪਾਈ ਸੀ ਕਿ ਪ੍ਰਵਾਸ ਹੋ ਰਿਹਾ ਹੈ ਚੰਗਾ ਹੈ ਗਲਤ ਹੈ ਮਾੜਾ ਮੈਨੂੰ ਨਹੀਂ ਪਤਾ ਪਰ ਅਸਰ ਤਾਂ ਜ਼ਰੂਰ ਹੁੰਦਾ ਸੋ ਇਹਦਾ ਵੀ ਅਸਰ ਤਾਂ ਜ਼ਰੂਰ ਹੈ ਜੀ ਸੋ ਇਹਨਾਂ ਲੋਕਾਂ ਨਾਲ ਪਿਆਰ ਨਾਲ ਮੁਹੱਬਤ ਨਾਲ ਮਿਲਿਆ ਕਰੋ ਹੌਸਲਾ ਅਫਜ਼ਾਈ ਕਰਿਆ ਕਰੋ ਸ਼ੁਕਰੀਆ